ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਵਾਰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਇਸ ਉੱਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਸੋਮਵਾਰ ਦਾ ਦਿਨ ਅਤੇ ਆਪਣੇ ਨਾਲ ਇਸ ਟਾਈਮ ਪ੍ਰੋਗਰਾਮ ਜੁੜ ਚੁੱਕੇ ਨੇ ਜਿਹੜੇ ਆ ਖਬਰ ਅਤੇ ਨਜ਼ਰ ਦੇ ਵਿੱਚ ਬਲਤੇਜ ਪੰਨੂ ਜੀ ਕੈਨੇਡਾ ਤੋਂ। ਬਲਤੇਜ ਪੰਨੂ ਜੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500, ਨਾਲ ਹੀ ਗੁਰਦੀਪ ਸਿੰਘ ਵਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਵਾਂ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਸ਼ੁਕਰ ਟਰਲੋਕ ਲਾਲੀ ਸਿੱਧੂ ਬੇਕਰਸਫੀਲਡ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਰਣਬੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਸਿੱਧੂ ਫਰੈਜ਼ਨੋ, ਹਰਪ੍ਰੀਤ ਕੌਰ ਤੂਰ, ਕਰਮਪਾਲ ਸਿੰਘ, ਜਸਜੀਤ ਕੌਰ ਗਰੇਵਾਲ ਕਲੋਵਿਸ, ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਇਸ ਹਫ਼ਤੇ ਦੇ ਜਿਹੜੇ ਆ ਜੀ ਅਖੀਰ ਦੇ ਵਿੱਚ ਆਪਣੇ ਕੋਲ ਇੱਥੇ ਪਹੁੰਚ ਰਹੇ ਨੇ, ਪੰਜਾਬੀ ਰੇਡੀਓ USA ਦੇ ਕੋਲ ਇੱਥੇ ਆਉਣਗੇ, ਲੰਮੇ ਸਮੇਂ ਤੋਂ ਆਪਣੇ ਨਾਲ ਜਿਹੜੇ ਲਗਾਤਾਰ ਜੁੜੇ ਹੋਏ ਨੇ, ਅਤੇ ਤੁਹਾਡੇ ਸਾਰਿਆਂ ਦੇ ਸਨਮੁੱਖ ਜਿਹੜੇ ਤਿੰਨ ਵੱਖ ਵੱਖ ਪ੍ਰੋਗਰਾਮਾਂ ਦੇ ਵਿੱਚ, ਤਿੰਨ ਇਲਾਕਿਆਂ ਦੇ ਵਿੱਚ ਉਹ ਆ ਰਹੇ ਨੇ, ਸੋ ਸਾਰਿਆਂ ਨੂੰ ਬੇਨਤੀ ਆ ਵੀ ਇਹਨਾਂ ਸਮਾਗਮਾਂ ਦੇ ਵਿੱਚ ਜਿਹੜੇ ਜਿਹੜੇ ਵੀ ਉਹਨਾਂ ਇਲਾਕਿਆਂ ਦੇ ਨਜ਼ਦੀਕ ਰਹਿੰਦੇ ਨੇ, ਸੈਕਰਾਮੈਂਟੋ, ਬੇ ਏਰੀਆ ਅਤੇ ਫਰੈਜ਼ਨੋ ਦੇ ਇਰਦ ਗਿਰਦ, ਜ਼ਰੂਰ ਹੁੰਮ ਹੁਮਾ ਕੇ ਪਹੁੰਚੋ ਅਤੇ ਮੈਂ ਪ੍ਰੋਗਰਾਮ ਦੇ ਦਰਮਿਆਨ ਜਾਂ ਅਖੀਰ ਦੇ ਵਿੱਚ ਉਸ ਦਾ ਵੇਰਵਾ ਪ੍ਰੋਗਰਾਮ ਦਾ ਜਿਹੜਾ ਜ਼ਰੂਰ ਦੱਸੂੰਗਾ। ਸੋ ਆਪਣੇ ਕੋਲੋਂ 12, 13 ਅਤੇ 14 ਜੁਲਾਈ ਦੇ ਵਿੱਚ ਜਿਹੜੇ ਆਪਣੇ ਕੋਲ ਆਉਣਗੇ, ਸੋ ਸਭ ਨੂੰ ਬਹੁਤ ਨਿੱਘਾ ਇੰਤਜ਼ਾਰ ਹੈਗਾ ਬਲਤੇਜ ਪੰਨੂ ਜੀ। ਸੋ ਜਲਦੀ ਤੁਹਾਡੀ ਸਾਰਿਆਂ ਨਾਲ ਰੂਬਰੂ ਵੀ ਜਿਹੜਾ ਆਪਾਂ ਹੋਵਾਂਗੇ, ਖਬਰਾਂ ਤੋਂ ਪਹਿਲਾਂ ਜੇ ਆਪਾਂ ਇਹ ਗੱਲ ਕਰਦੇ ਜਾਈਏ ਤਾਂ। ਜੀ ਬਿਲਕੁਲ ਜੀ ਬਿਲਕੁਲ, ਕੋਈ ਸ਼ੱਕ ਨਹੀਂ, ਮੈਂ ਐਕਚੁਲੀ ਜਿੰਨੀ ਟੀਮ ਹੈ ਜੀ ਪੰਜਾਬੀ ਰੇਡੀਓ USA ਦੀ, ਕਿਉਂਕਿ ਇੱਕ ਤਾਂ ਟੀਮ ਹੈ ਜਿਹੜੀ ਇਹਨੂੰ ਪ੍ਰੋਗਰਾਮ ਨੂੰ ਸਾਰਾ ਰਨ ਕਰਦੀ ਹੈ ਜੀ, ਮੈਂ ਤੁਹਾਨੂੰ ਜ਼ਰੂਰ ਮਿਲਿਆ ਜੀ ਤੁਹਾਡੀ ਮੈਰਿਜ ਦੇ ਉੱਤੇ, ਜੀ ਜੀ, ਉਸ ਤੋਂ ਬਿਨਾਂ ਮੈਂ ਕਿਸੇ ਨੂੰ ਮਿਲਿਆ ਨਹੀਂ, ਭੈਣ ਜੀ ਹੋਰੀ ਵੀ ਇੱਥੇ ਆਏ ਸਨ ਪਰ ਸਬੱਬ ਨਹੀਂ ਬਣ ਸਕਿਆ। ਉਸ ਤੋਂ ਇਲਾਵਾ ਜਿਹੜੀ ਇੱਕ ਬਹੁਤ ਵੱਡਾ ਪਰਿਵਾਰ ਹੈ ਜੀ ਪੰਜਾਬੀ ਰੇਡੀਓ USA ਦਾ, ਨਾ ਸਿਰਫ USA ਦੇ ਵਿੱਚ ਬਲਕਿ ਦੁਨੀਆਂ ਭਰ ਦੇ ਵਿੱਚ, ਪਰ ਇਹ ਜਿਹੜਾ ਏਰੀਆ ਹੈ ਜੀ, ਮੈਂ ਇੱਥੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਸਾਲ ਰਹਿ ਕੇ ਗਿਆ ਜੀ। ਇਹ ਸਬੱਬ ਹੁੰਦਾ ਜੀ ਕਿ ਤੁਸੀਂ ਸਾਰੀਆਂ ਚੀਜ਼ਾਂ ਨਹੀਂ ਦੇਖੀਆਂ ਹੁੰਦੀਆਂ, ਮੈਂ ਕਦੀ ਇਸ ਏਰੀਏ ਦੇ ਵਿੱਚ ਜਿਹੜਾ ਜੀ ਉਹ ਨਹੀਂ ਆਇਆ, ਪਰ ਇਹ ਉਹ ਲੱਗਦਾ ਨਹੀਂ ਆ ਜੀ ਕਿ ਤੁਸੀਂ ਕਿਸੇ ਨਵੀਂ ਜਗ੍ਹਾ ਦੇ ਉੱਤੇ ਜਾਣਾ, ਕਿਉਂਕਿ ਇੱਕ ਲੰਬਾ ਸਫ਼ਰ ਹੈ ਜੀ ਪੰਜਾਬੀ ਰੇਡੀਓ USA ਦੇ ਨਾਲ, ਔਰ ਖਾਸ ਤੌਰ ਦੇ ਉੱਤੇ ਮੈਂ ਤਾਂ ਤੁਹਾਡਾ ਸਭ ਦਾ ਧੰਨਵਾਦ ਹੀ ਕਰਨਾ ਹੋਣਾ ਜੀ ਕਿ ਜਦੋਂ ਮਾੜਾ ਸਮਾਂ ਸੀਗਾ, ਨਾ ਸਿਰਫ ਪੰਜਾਬੀ ਰੇਡੀਓ USA ਦੀ ਟੀਮ ਬਲਕਿ ਜਿੰਨੇ ਵੀ ਲਿਸਨਰ ਨੇ, ਜਿਹੜੀ ਬਹੁਤ ਵੱਡੀ ਜਿਹੜੀ ਉਹ ਗਿਣਤੀ ਆ, ਉਹ ਚਟਾਨ ਵਾਂਗੂ ਜਿਹੜਾ ਸੀਗਾ ਜੀ ਉਹ ਨਾਲ ਖੜੇ ਰਹੇ, ਜਿਹਨਾਂ ਨੇ ਮੇਰੇ ਪਰਿਵਾਰ ਨੂੰ, ਮੈਨੂੰ ਜਿਹੜਾ ਜੀ ਉਹ ਬਹੁਤ ਹੌਸਲਾ ਉਹਨਾਂ ਦਿਨਾਂ ਦੇ ਦੌਰਾਨ ਜਿਹੜਾ ਸੀਗਾ ਜੀ ਉਹ ਦਿੱਤਾ। ਤੇ ਹੁਣ ਇਹ ਸਬੱਬ ਹੈ ਜੀ ਕਿ ਤੁਹਾਨੂੰ ਆ ਕੇ ਸਾਰਿਆਂ ਦੇ ਨਾਲ ਜਿਹੜਾ ਜੀ ਉਹ ਮੇਲ ਮਿਲਾਪ ਰਹੂਗਾ, ਬਾਕੀ ਡਿਟੇਲ ਤੁਸੀਂ ਦੱਸ ਹੀ ਰਹੇ ਹੋ ਜੀ। ਜੀ ਜੀ ਬਿਲਕੁਲ, ਅਤੇ ਬਿਲਕੁਲ 12, 13, 14 ਜੁਲਾਈ ਨੂੰ, 12 ਤਰੀਕ ਨੂੰ ਸੈਕਰਾਮੈਂਟੋ ਦੇ ਵਿੱਚ ਜਿਹੜਾ ਉਹ ਹੋਣਾ ਆ ਮਿਰਾਜ ਬੈਂਕਟ ਹਾਲ 'ਚ, 13 ਤਰੀਕ ਨੂੰ ਪੰਜਾਬੀ ਕਲਚਰਲ ਸੈਂਟਰ USA ਜਿਹੜਾ ਕਿ ਪੰਜਾਬੀ ਰੇਡੀਓ USA ਦਾ ਫਰੈਜ਼ਨੋ ਸਟੂਡੀਓ ਆ, ਉੱਥੇ ਸਥਿਤ ਆ, ਉੱਥੇ ਜਿਹੜਾ ਹੋਣਾ, ਅਤੇ 14 ਤਰੀਕ ਨੂੰ ਬੇ ਏਰੀਏ ਦੇ ਵਿੱਚ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ, ਉੱਥੇ ਜਿਹੜਾ ਉਹ ਮੌਜੂਦ ਹੋਣਗੇ। ਸੋ ਜ਼ਰੂਰ ਜੇ ਕਿਸੇ ਨੂੰ ਹੋਰ ਵੇਰਵੇ ਚਾਹੀਦੇ ਹੋਣ, ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ, ਜਾਂ ਫੇਸਬੁੱਕ ਦੇ ਉੱਤੇ ਤਸਵੀਰ ਜਿਹੜੀ ਉਹ ਲਗਾਈ ਹੋਈ ਆ ਬਲਤੇਜ ਪੰਨੂ ਜੀ ਹੋਣਾ ਨੇ ਵੀ ਉਹ ਇਨਫੋਰਮੇਸ਼ਨ ਪਾਈ ਆ, ਤੁਸੀਂ ਜਾਂ ਸਾਡੀ ਇਹਨਾਂ ਦੀ ਫੇਸਬੁੱਕ ਤੋਂ ਜਾ ਕੇ ਚੈੱਕ ਕਰ ਸਕਦੇ ਹੋ। ਅਤੇ ਬਲਤੇਜ ਪੰਨੂ ਜੀ, ਖਬਰਾਂ ਦੇ ਸਿਲਸਿਲੇ ਦੇ ਉੱਤੇ ਨਜ਼ਰ ਮਾਰੀਏ ਤਾਂ ਕਹਿੰਦੇ ਬਿਕਰਮਜੀਤ ਜਿਹੜਾ ਮੁੰਡੇ ਨੂੰ ਪੁਲਿਸ ਵਾਲਿਆਂ ਨੇ ਜੇਲ੍ਹ 'ਚੋਂ ਕੱਢ ਕੇ ਕਹਿੰਦੇ ਮਾਰ ਦਿੱਤਾ ਸੀ, ਉਸ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ? ਐਕਚੁਲੀ ਜੀ ਇਹ ਪਿਛਲੇ ਕੁਛ ਸਮੇਂ ਤੋਂ ਪੁਲਿਸ ਦੇ ਬਾਰੇ ਦੇ ਵਿੱਚ ਜੋ ਕੁਛ ਜਿਹੜਾ ਜੀ ਉਹ ਚੱਲ ਰਿਹਾ, ਚਾਹੇ ਉਹ 1993 ਦੇ ਵਿੱਚ ਚੁੱਕ ਕੇ ਮਾਰਿਆ ਗਿਆ ਮੁੰਡਾ ਹੋਵੇ, ਉਸ ਮਾਮਲੇ ਦੇ ਵਿੱਚ SIT ਬਣਾਈ ਗਈ ਹੋਵੇ ਹਾਈ ਕੋਰਟ ਦੇ ਵੱਲੋਂ, ਉਸ SIT ਦੇ ਮੁਖੀ ਜਿਹੜੇ ਲਾਏ ਗਏ ਸੀਗੇ ਸਿਧਾਰਥ ਚਟੋਪਾਧਿਆ, ਉਹਨਾਂ ਦੇ ਵੱਲੋਂ ਜਵਾਬ ਦੇਣਾ ਹੋਵੇ ਵੀ ਮੇਰੀ ਤਾਂ ਸਰਕਾਰ ਮਦਦ ਹੀ ਨਹੀਂ ਕਰ ਰਹੀ, ਚਾਹੇ ਇਹ ਮਾਮਲਾ ਜਿਹੜਾ ਜੀ ਇਸੇ ਸਾਲ ਦੇ ਵਿੱਚ ਚੁੱਕ ਕੇ ਮਾਰ ਦਿੱਤੇ ਗਏ ਘਰਦਿਆਂ ਦੇ ਇਕੱਲੇ ਪੁੱਤ ਦਾ ਹੋਵੇ, ਜਿਹੜਾ ਜਿਹਨੂੰ ਕਿ ਸਜ਼ਾ ਵੀ ਹੋ ਗਈ ਇੱਕ ਲੰਬੀ ਲੜਾਈ ਤੋਂ ਬਾਅਦ, ਪਰ ਉਹਨੂੰ ਮੁਆਫੀ ਜਿਹੜੀ ਸੀ ਉਹ ਦੇ ਦਿੱਤੀ ਗਈ। ਇਹ ਉਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਜੀ, ਜਿਹੜਾ ਉਹਦੀ ਇੱਕ ਕੜੀ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ ਜੀ।
5 मई 2014 ਨੂੰ ਵਿਕਰਮਜੀਤ ਸਿੰਘ ਦਾ ਜਿਹੜਾ ਸੀ ਸੈਂਟਰਲ ਜੇਲ੍ਹ ਅੰਮ੍ਰਿਤਸਰ ਦਾ ਉਹ ਕੈਦੀ ਸੀਗਾ, ਉਹ ਗੁਰੂ ਨਾਨਕ ਦੇਵ ਹੋਸਪਿਟਲ ਦੇ ਵਿੱਚੋਂ ਅਚਾਨਕ ਲਾਪਤਾ ਹੋ ਜਾਂਦਾ। ਉਹ ਤੋਂ ਬਾਅਦ ਉਹਦੀ ਡੈੱਡ ਬਾਡੀ ਜਿਹੜੀ ਆ ਉਹ ਕੀਰਤਪੁਰ ਦੇ ਨੇੜੇ ਪੈਂਦੀ ਨਹਿਰ ਦੇ ਵਿੱਚੋਂ ਮਿਲਦੀ ਆ। ਪੁਲਿਸ ਨੇ ਉਦੋਂ 13 ਬੰਦਿਆਂ ਦੇ ਖਿਲਾਫ ਜਿਹੜਾ ਦੀ ਉਹ ਵਿਕਰਮਜੀਤ ਨੂੰ ਅਗਵਾ ਤੇ ਕਤਲ ਕਰਨ ਦਾ ਕੇਸ ਦਰਜ ਕੀਤਾ ਸੀ। ਇਹਦੇ ਵਿੱਚੋਂ 11 ਜਿਹੜੇ ਸੀਗੇ ਦੀ ਉਹ ਪੁਲਿਸ ਵਾਲੇ ਸੀਗੇ। 2002 ਦੇ ਵਿੱਚ ਵਿਕਰਮਜੀਤ ਸਿੰਘ ਤਰਨ ਤਾਰਨ ਦੀ ਅਲਕੋ ਕੋਠੀ ਪਿੰਡ ਵਿੱਚ ਅਕਾਲੀ ਲੀਡਰ ਦੇ ਕਤਲ ਕੇਸ ਦੇ ਵਿੱਚ ਦੋਸ਼ੀ ਪਾਇਆ ਗਿਆ ਸੀ। ਔਰ ਵਿਕਰਮਜੀਤ ਨੂੰ ਜਿਸ ਵੇਲੇ ਅਗਵਾ ਕੀਤਾ ਗਿਆ ਉਸ ਵੇਲੇ ਸਿਹਤ ਕਾਰਨਾਂ ਕਰਕੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹੋਸਪਿਟਲ ਦੇ ਵਿੱਚ ਜਿਹੜਾ ਸੀ ਉਹ ਦਾਖਲ ਸੀਗਾ। ਔਰ ਪਿਛਲੇ ਦਿਨੀ ਜਿਹੜੀ ਅੰਮ੍ਰਿਤਸਰ ਦੀ ਅਦਾਲਤ ਹੈ ਉਹਨੇ ਇਸ ਮਾਮਲੇ ਦੇ ਵਿੱਚ ਜਿਹੜੇ ਐਡੀਸ਼ਨਲ ਸੈਸ਼ਨ ਜੱਜ ਨੇ ਸੰਦੀਪ ਸਿੰਘ ਬਾਜਵਾ ਉਹਨਾਂ ਦੀ ਅਦਾਲਤ ਨੇ ਇਸ ਮਾਮਲੇ ਦੇ ਵਿੱਚ 13 ਜਾਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀਗਾ ਜੀ 5 ਤਰੀਕ ਨੂੰ। ਔਰ ਅੱਜ ਇਹਦੇ ਸਜ਼ਾ ਦਾ ਐਲਾਨ ਜਿਹੜਾ ਸੀ ਉਹ ਕੀਤਾ ਗਿਆ। ਔਰ ਇਹਦੇ ਤਹਿਤ 13 ਦੋਸ਼ੀ ਜਿਹੜੇ ਆ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਆ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 11 ਇਹਦੇ ਵਿੱਚ ਜਿਹੜਾ ਸੀ ਉਹ ਪੁਲਿਸ ਵਾਲੇ ਨੇ, ਕੋਈ ਮੰਨੇ ਜਾਂ ਨਾ ਮੰਨੇ ਇਹ ਧੱਬੇ ਨੇ ਜਿਹੜੇ ਕਿ ਪੰਜਾਬ ਪੁਲਿਸ ਦੇ ਉੱਤੇ ਲਗਾਤਾਰ ਜਿਹੜੇ ਜੀ ਉਹ ਲੱਗ ਰਹੇ ਨੇ। ਇਹਦੇ ਨਾਲ ਇੱਕ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਪੁਲਿਸ ਦੇ ਬਾਰੇ ਦੇ ਵਿੱਚ ਦਿਸ ਰਹੇ ਆ, ਕਿਉਂਕਿ ਜੇ ਆਪਾਂ 1993 ਦੀ ਗੱਲ ਕਰਦੇ ਹਾਂ ਅੱਜ 2019 ਆ, 2019 ਦੇ ਵਿੱਚ ਜਸਪਾਲ ਨੂੰ ਕਿਵੇਂ ਚੁੱਕ ਕੇ ਖਪਾਇਆ ਜਾਂਦਾ ਵੱਖਰੀ ਗੱਲ ਹੈ ਕਿ ਜਸਪਾਲ ਵਾਲੇ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਰਾਹਤ ਮਿਲੀ ਆ। ਉਹ ਰਾਹਤ ਇਸ ਤਰੀਕੇ ਨਾਲ ਮਿਲੀ ਆ ਕਿ ਪਰਿਵਾਰ ਉਠਾ ਲਿਆ, ਔਰ ਪਰਿਵਾਰ ਜਦੋਂ ਉਠਾ ਲਿਆ ਤੇ ਉਹਦਾ ਵਿਰੋਧ ਹੋਣਾ ਬੰਦ ਹੋ ਗਿਆ। ਅੱਜ ਤੱਕ ਜਸਪਾਲ ਦੀ ਲਾਸ਼ ਵੀ ਨਹੀਂ ਲੱਭੀ। ਉਹ ਜੋ ਕੁਛ 1993 ਦੇ ਵਿੱਚ ਪੁਲਿਸ ਜਿਹੜੀ ਦੀ ਉਹ ਕਰਦੀ ਰਹੀ, ਅੱਜ ਵੀ ਤਰੀਕੇ ਜਿਹੜੇ ਆ ਨਾ ਜੀ ਉਹ ਹੀ ਅਪਣਾਉਂਦੀ। ਇਹਦੇ ਬਾਵਜੂਦ ਕਿ ਕਿੰਨੇ ਪੁਲਿਸ ਵਾਲਿਆਂ ਨੂੰ ਜਿਹੜੀ ਆ ਜੀ ਉਹ ਅਜਿਹੇ ਮਾਮਲਿਆਂ ਦੇ ਵਿੱਚ ਸਜ਼ਾ ਹੋ ਚੁੱਕੀ ਹੋਈ ਹੈ ਜੀ। ਔਰ ਉਸੇ ਤਰ੍ਹਾਂ ਦਾ ਜਿਹੜਾ ਜੀ ਇਹ ਸਾਰੇ ਦਾ ਸਾਰਾ ਮਾਮਲਾ ਹੈ ਜਿਹਦੇ ਵਿੱਚ 13 ਜਾਣਿਆਂ ਨੂੰ ਅੰਮ੍ਰਿਤਸਰ ਦੇ ਐਡੀਸ਼ਨਲ ਸੈਸ਼ਨ ਦੀ ਜਿਹੜੀ ਅਦਾਲਤ ਹੈ ਉਹਨੇ ਅੱਜ ਇਹ ਸਜ਼ਾ ਸੁਣਾਈ ਆ ਉਮਰ ਕੈਦ ਦੀ। ਪਰ ਸਵਾਲ ਇਹ ਆ ਕਿ ਉਮਰ ਕੈਦ ਦੀ ਜਿਹੜੀ ਸਜ਼ਾ ਸੁਣਾਈ ਆ, ਉਮੀਦ ਕੀ ਕੀਤੀ ਜਾਵੇ ਕਿ ਉਹ ਉਮਰ ਕੈਦ ਭੁਗਤਣਗੇ, ਜਾਂ ਫਿਰ ਕੋਈ ਏਦਾਂ ਦੀ ਐਪਲੀਕੇਸ਼ਨ ਜਿਹੜੀ ਆ ਜੀ ਅੰਦਰ ਖਾਤੇ ਚੁੱਪ ਕੀਤੇ ਜਿਹੜੀ ਆ ਉਹ ਰਾਜਪਾਲ ਤੱਕ ਪਹੁੰਚੂਗੀ ਥਰੂ ਮੁੱਖ ਮੰਤਰੀ ਹੋਰਾਂ ਦੇ ਕਿ ਇਹਦੀ ਸਜ਼ਾ ਜਿਹੜੀ ਆ ਜੀ ਇਹਨਾਂ ਦੀ ਮਾਫ਼ ਕਰ ਦਿਓ। ਕਿਉਂਕਿ ਜਿੰਨੀ ਵਾਰੀ ਜਦੋਂ ਤੈਨੂੰ ਇਹ ਮਾਮਲੇ ਜਿਹੜੇ ਜੀ ਇਸ ਤਰ੍ਹਾਂ ਦੇ ਸਾਹਮਣੇ ਆਉਂਦੇ ਆ ਤਾਂ ਇੱਕ ਵੱਡਾ ਐਕਸਕਿਊਜ਼ ਜਿਹੜਾ ਨਾ ਜੀ ਉਹ ਇਹ ਬਣਾ ਲਿਆ ਜਾਂਦਾ ਕਿ ਪੁਲਿਸ ਦਾ ਮੋਰਲ ਜਿਹੜਾ ਜੀ ਉਹ ਨਾ ਕਿਤੇ ਡਿੱਗ ਪਵੇ ਜੀ, ਲੋਕਾਂ ਦਾ ਜਿੰਨਾ ਡਿੱਗਦਾ ਡਿੱਗੀ ਜਾਵੇ ਜੀ। ਉਹਨਾਂ ਦੀ ਤਾਂ ਨਾ ਇਹਨਾਂ ਨੂੰ ਪਹਿਲੋਂ ਪਰਵਾਹ ਸੀ ਅਤੇ ਨਾ ਮਿਲਾ ਤਾਂ ਆਉਣ ਵਾਲੇ ਸਮੇਂ 'ਚ ਜਿਹੜੀ ਉਹ ਰਹਿਣੀ ਆ। ਅਗਲੀ ਪੰਨੂ ਜੀ ਗੱਲ ਕਰੀਏ, ਕਹਿੰਦੇ ਕਰਨਾਟਕ ਦੀ ਸਰਕਾਰ ਦੇ ਉੱਤੇ ਸੰਕਟ, ਉੱਥੇ ਨਾਟਕ ਜਾਰੀ ਆ। ਬਿਲਕੁਲ ਜੀ, ਐਕਚੁਲੀ ਇਹ ਵੱਡਾ ਨਾਟਕ ਜਿਹੜਾ ਜੀ ਉਹ ਚੱਲ ਰਿਹਾ, ਕਿਉਂਕਿ ਜਦੋਂ ਕਰਨਾਟਕਾ ਦੇ ਵਿੱਚ ਚੋਣਾਂ ਹੋਈਆਂ ਸੀ ਸਭ ਨੂੰ ਪਤਾ ਬੀਜੇਪੀ ਨੇ ਜਿਹੜਾ ਜੀ ਉਹ ਟਿੱਲ ਲਾ ਦਿੱਤਾ ਸੀਗਾ ਇੱਥੇ ਚੋਣਾਂ ਜਿਹੜੀਆਂ ਜੀ ਉਹ ਜਿੱਤਣ ਦੇ ਵਾਸਤੇ ਨਹੀਂ ਜਿਹੜਾ ਜੀ ਉਹ ਜਿੱਤ ਸਕੇ ਉਦੋਂ ਚੋਣਾਂ ਜਿਹੜੇ ਸੀਗੇ। ਇੱਥੇ ਕਾਂਗਰਸ ਤੇ ਜਿਹੜਾ ਸੀਗਾ ਜੀ ਯੂਨਾਈਟਡ ਜਿਹੜੀ ਐਚ ਡੀ ਕੁਮਾਰ ਸਵਾਮੀ ਦੀ ਜਿਹੜੀ ਪਾਰਟੀ ਸੀਗੀ ਉਹਨੇ ਜੇ ਡੀ ਐਸ ਉਹਨੇ ਜਿਹੜਾ ਸੀ ਗੱਠਜੋੜ ਕਰ ਲਿਆ। ਕਾਂਗਰਸ ਨੂੰ 78 ਸੀਟਾਂ ਮਿਲੀਆਂ, ਜੇ ਡੀ ਐਸ ਨੂੰ 37 ਤੇ ਬਸਪਾ ਨੂੰ 1। ਬਹੁਮਤ ਦੇ ਵਾਸਤੇ 112 ਸੀਟਾਂ ਜਿਹੜੀਆਂ ਜੀ ਉਹ ਚਾਹੀਦੀਆਂ ਸੀਗੀਆਂ ਸਪੀਕਰ ਨੂੰ ਪਾਸੇ ਕਰਕੇ। ਜਿਹੜੀ ਕੁਮਾਰ ਸਵਾਮੀ ਸਰਕਾਰ ਦੇ ਕੋਲੇ 103 ਜਿਹੜੀਆਂ ਜੀ ਉਹ ਸੀਟਾਂ ਨੇ, ਭਾਜਪਾ ਦੇ ਕੋਲੇ 105 ਨੇ ਤੇ 2 ਨੇ ਆਜ਼ਾਦ ਜਿਹੜੇ ਆ ਜੀ ਉਹ ਗੰਢੇ ਹੋਏ ਆ ਨਾਲ। 13 ਵਿਧਾਇਕਾਂ ਨੇ ਜਿਹੜਾ ਜੀ ਉਹ ਅਸਤੀਫਾ ਦਿੱਤਾ। ਸੋ ਇਹਦੇ ਨਾਲ ਇਹ ਆ ਕਿ ਸਪੀਕਰ ਨੂੰ ਜਿਹੜਾ ਜੀ ਉਹ ਹਟਾ ਕੇ 112 ਸੀਟਾਂ ਜਿਹੜੀਆਂ ਚਾਹੀਦੀਆਂ ਨੇ। ਤੁਸੀਂ ਇਹ ਤਾਂ ਨੀ ਜਿਹੜਾ ਜੀ ਕਹਿ ਸਕਦੇ ਕਿ ਔਖਾ ਆ, ਪਰ ਇਹ ਨੇੜੇ ਤੇੜੇ ਆ ਜੀ, 116 ਰਹਿ ਜਾਂਦੀਆਂ ਨੇ ਜੇ ਆਪਾਂ ਸਪੀਕਰ ਨੂੰ ਹਟਾ ਕੇ ਜਿਹੜੀ ਦੀ ਉਹ ਗਿਣਤੀ ਕਰੀਏ ਤੇ 13 ਵਿਧਾਇਕਾਂ ਦਾ ਅਸਤੀਫਾ ਜੇ ਉਹ ਤੋਂ ਬਿਨਾਂ ਜਿਹੜੀ ਦੀ ਉਹ ਗਿਣਤੀ ਕਰੀਏ ਇਹ ਅਸਤੀਫਾ ਸਵੀਕਾਰ ਹੋ ਜਾਂਦਾ ਤੇ ਫਿਰ ਜਿਹੜੀਆਂ ਦੀ ਉਹ ਬਹੁਮਤ ਦੇ ਵਾਸਤੇ 106 ਸੀਟਾਂ ਰਹਿ ਜਾਣਗੀਆਂ ਤੇ ਭਾਰਤੀ ਜਨਤਾ ਪਾਰਟੀ ਕੋਲੇ 105 ਹੈ ਤੇ ਉਹਦੇ ਕੋਲੇ 2 ਆਜ਼ਾਦ ਨੇ, 107 ਹੋ ਗਈਆਂ। ਜੇ ਉਹ 13 ਵਿਧਾਇਕਾਂ ਦਾ ਅਸਤੀਫਾ ਮਨਜ਼ੂਰ ਹੁੰਦਾ ਹੈ ਤੇ ਇਹ ਜਿਹੜੀ ਆ ਜੀ ਮਾਫ਼ ਕਰਨਾ ਇਹ ਸਰਕਾਰ ਕੁਛ ਵੀ ਜਿਹੜੀ ਜੀ ਉਹ ਬਣ ਸਕਦੀ ਹੈ। ਕੁਮਾਰ ਸਵਾਮੀ ਹੋਰਾਂ ਦੀ ਸਰਕਾਰ ਦੇ ਉੱਤੇ ਸੰਕਟ ਜਿਹੜਾ ਜੀ ਉਹ ਉਸੇ ਤਰੀਕੇ ਦੇ ਨਾਲ ਬਣਿਆ ਹੋਇਆ। ਜਿਹੜਾ ਦੂਸਰਾ ਇੱਕ ਆਜ਼ਾਦ ਵਿਧਾਇਕ ਸੀਗਾ ਆਰ ਸ਼ੰਕਰ ਉਹਨੇ ਵੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ।
ਸ਼ੰਕਰ ਨੇ ਰਾਜ ਭਵਨ ਦੇ ਵਿੱਚ ਰਾਜਪਾਲ ਵਜੂ ਭਾਈ ਵਾਲਾ ਦੇ ਨਾਲ ਮੁਲਾਕਾਤ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਦੀ ਗੱਲ ਜਿਹੜੀ ਆ ਜੀ ਉਹ ਕਹਿ ਦਿੱਤੀ ਆ। ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਕਾਂਗਰਸ ਤੇ ਜੇ ਡੀ ਐਸ ਤੇ ਸਾਰੇ ਮੰਤਰੀਆਂ ਨੇ ਕੈਬਨਿਟ ਨੂੰ ਅਸਤੀਫਾ ਦੇ ਦਿੱਤਾ। ਕੈਬਨਿਟ ਦਾ ਦੁਬਾਰਾ ਤੋਂ ਜਿਹੜਾ ਜੀ ਉਹ ਪੁਨਰਗਠਨ ਕੀਤਾ ਜਾਊਗਾ। ਮੁੱਖ ਮੰਤਰੀ ਐਚ ਡੀ ਕੁਮਾਰ ਸਵਾਮੀ ਉਹ ਕਹਿੰਦਾ ਕਿ ਮਾਮਲਾ ਸੁਲਝ ਗਿਆ, ਸਰਕਾਰ ਨੂੰ ਕੋਈ ਖਤਰਾ ਨਹੀਂ, ਸਰਕਾਰ ਆਸਾਨੀ ਦੇ ਨਾਲ ਜਿਹੜਾ ਜੀ ਉਹ ਚੱਲੂਗੀ। ਜੇ ਡੀ ਐਸ ਨੇਤਾ ਤੇ ਮੁੱਖ ਮੰਤਰੀ ਐਚ ਡੀ ਕੁਮਾਰ ਸਵਾਮੀ ਤੋਂ ਇਲਾਵਾ ਕਾਂਗਰਸ ਵਿਧਾਇਕ ਦਲ ਦੇ ਨੇਤਾ ਸਿਧਾਰ ਮਈਆ ਦੇ ਸਾਹਮਣੇ ਸਰਕਾਰ ਨੂੰ ਬਚਾਉਣ ਦੀ ਵੱਡੀ ਚੁਣੌਤੀ ਜਿਹੜੀ ਜੀ ਉਹ ਬਣੀ ਹੋਈ ਆ। ਉਧਰ ਜਿਹੜੇ ਮੁੱਖ ਮੰਤਰੀ ਨੇ ਜਿਹੜੇ ਉਪ ਮੁੱਖ ਮੰਤਰੀ ਨੇ ਉਹਨੇ ਆਪਣੇ ਘਰੇ ਕਾਂਗਰਸ ਦੇ ਵਿਧਾਇਕ ਤੇ ਮੰਤਰੀਆਂ ਨੂੰ ਜਿਹੜਾ ਜੀ ਉਹ ਬੁਲਾਇਆ। ਇਹਦੇ ਦੌਰਾਨ ਮੁੱਖ ਮੰਤਰੀ ਸਿਧਾਰਮਈਆ, ਮੰਤਰੀ ਡੀ ਕੇ ਸ਼ਿਵ ਕੁਮਾਰ, ਯੂ ਟੀ ਖਾਦਰ, ਸ਼ਿਵ ਸ਼ੰਕਰ ਰੈਡੀ ਜਿਹੜੇ ਸੀਗੇ ਜੀ ਇਹ ਮੌਜੂਦ ਰਹੇ ਇੱਥੇ। ਦੂਜੇ ਪਾਸੇ ਕਨਸੋਆਂ ਜਿਹੜੀਆਂ ਜੀ ਉਹ ਇਹ ਵੀ ਆ ਰਹੀਆਂ ਨੇ ਕਿ ਜਿਹੜੇ ਅਸਤੀਫਾ ਦੇ ਕੇ ਕਰਨਾਟਕ ਤੋਂ ਸਰਕਾਰ ਤੋਂ ਬਾਕੀ ਹੋਏ ਜਿਹੜੇ ਸੀਗੇ ਵਿਧਾਇਕ ਮੁੰਬਈ ਦੇ ਸੋਫਿਟਲ ਹੋਟਲ ਦੇ ਵਿੱਚ ਉਹ ਰੁਕੇ ਸੀਗੇ ਜੀ, ਇੱਥੋਂ ਇਹਨਾਂ ਨੂੰ ਕੱਢ ਲਿਆ ਗਿਆ ਜੀ ਬੱਸ ਦੇ ਰਾਹੀਂ, ਇਹਨਾਂ ਨੂੰ ਗੋਆ ਲਿਜਾਇਆ ਜਾ ਰਿਹਾ ਜੀ। ਨਿਊਜ਼ ਏਜੰਸੀ ਦੇ ਅਨੁਸਾਰ ਇਹ ਬਾਗੀ ਵਿਧਾਇਕ ਮੁੰਬਈ ਤੋਂ ਗੋਆ ਦੇ ਵਾਸਤੇ ਰਵਾਨਾ ਜਿਹੜੇ ਆ ਜੀ ਉਹ ਹੋ ਗਏ ਹੋਏ ਆ। ਇਹ ਤੋਂ ਪਹਿਲਾਂ ਕਾਂਗਰਸ ਕਰਨਾਟਕ ਕਾਂਗਰਸ ਜੇ ਡੀ ਐਸ ਦੇ ਮੁੰਬਈ ਦੇ ਵਿੱਚ ਬਾਂਦਰਾ ਕੁਰਲਾ ਦੇ ਵਿੱਚ ਜਿਹੜਾ ਸੋਫਿਟਲ ਹੋਟਲ ਦੇ ਵਿੱਚ ਇਹਨਾਂ ਨੂੰ ਇੱਥੇ ਰੱਖਿਆ ਗਿਆ ਸੀਗਾ। ਭਾਰਤੀ ਜਨਤਾ ਪਾਰਟੀ ਦੇ ਨੇਤਾ ਉਹਨਾਂ ਦੇ ਉੱਤੇ ਤਿੱਖੀ ਨਿਗਾਹ ਜਿਹੜੀ ਜੀ ਉਹ ਰੱਖ ਰਹੇ ਸੀਗੇ। ਐਕਚੁਲੀ ਭਾਰਤੀ ਜਨਤਾ ਪਾਰਟੀ ਮੰਨਦੀ ਨਹੀਂ, ਰਿਐਲਿਟੀ ਜਿਹੜੀ ਆ ਜੀ ਉਹ ਇਹੀ ਆ ਕਿ ਭਾਰਤੀ ਜਨਤਾ ਪਾਰਟੀ ਦੀ ਇਹ ਸਾਰੀ ਕੈਲਕੂਲੇਟਡ ਜਿਹੜੀ ਆ ਜੀ ਉਹ ਗੇਮ ਹੈ। ਜੇ ਇਹ ਕਰਨਾਟਕਾ ਜਿਹੜਾ ਜੀ ਇਹ ਕਾਂਗਰਸ ਤੇ ਜੇ ਡੀ ਐਸ ਦੇ ਹੱਥੋਂ ਖੁਸਦਾ ਤੇ ਕਿਹਾ ਜਾ ਸਕਦਾ ਹੈ ਕਿ ਜਿੱਥੇ ਨੈਕ ਟੂ ਨੈਕ ਫਾਈਟ ਦੇ ਨਾਲ ਦੋ ਸੂਬਿਆਂ ਦੇ ਵਿੱਚ ਸਰਕਾਰਾਂ ਬਣੀਆਂ ਨੇ ਮੱਧ ਪ੍ਰਦੇਸ਼ ਤੇ ਰਾਜਸਥਾਨ, ਫਿਰ ਭਾਰਤੀ ਜਨਤਾ ਪਾਰਟੀ ਖਰੀਦੋ ਫਰੋਖਤ ਵਾਲਾ ਫੰਡਾ ਜਿਹੜਾ ਜੀ ਉਹ ਇਹਨਾਂ ਸੂਬਿਆਂ ਦੇ ਵਿੱਚ ਵੀ ਲਿਆ ਸਕਦੀ ਹੈ। ਜੀ ਜੀ ਬਿਲਕੁਲ, ਪਹਿਲਾਂ ਇਹ ਤਾਂ ਰੈਡੀ ਰਹਿੰਦੇ ਨੇ, ਬੜਾ ਕੁਛ ਜਿਹੜਾ ਉੱਥੇ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਉਸਲ ਵਟੇ ਲੈਣਗੇ। ਅਗਲੀ ਪੰਨੂ ਜੀ ਗੱਲ ਕਰਦੇ ਹਾਂ, ਕਹਿੰਦੇ ਕੇਂਦਰੀ ਗ੍ਰਹਿ ਮੰਤਰੀ ਦੀ ਚਿੱਠੀ ਤੋਂ ਬਾਅਦ ਦੇ ਵਿੱਚ ਜਿਹੜੇ ਪੁਲਿਸ ਵਾਲੇ ਆ ਨਹੀਂ ਲੈ ਸਕਣਗੇ, ਉਹ ਵਿਗਾੜ ਦੇ ਉੱਤੇ ਲਾ ਦਿੱਤੀ ਆ ਰੋਕ। ਐਕਚੁਲੀ ਜਿਹੜੀ ਵਿਗਾੜ ਕੀ ਆ ਜੀ ਬਹੁਤ ਸਾਰੇ ਲੋਕ ਜਾਣਦੇ ਆ, ਵਿਗਾੜ ਕਿਵੇਂ ਪਾਈ ਜਾਂਦੀ ਆ ਇਹ ਵੀ ਬਹੁਤ ਸਾਰੇ ਲੋਕ ਜਿਹੜੇ ਜੀ ਉਹ ਜਾਣਦੇ ਆ। ਕੁਛ ਸਮੇਂ ਦੀ ਪਹਿਲਾਂ ਦੀ ਗੱਲ ਆ ਕਿ ਮੇਰੇ ਇੱਕ ਵਾਕਫ ਸਨ ਜੀ, ਉਹ ਕਹਿੰਦੇ ਕਿ ਮੇਰੀ ਜਿਹੜੀ ਡਿਊਟੀ ਆ ਉਹ 50 ਕਿਲੋ ਰਸਗੁੱਲਿਆਂ ਦੀ ਲੱਗੀ ਹੋਈ ਆ। ਮੈਂ ਕਿਹਾ ਜੀ ਕੀ ਕਰਨੇ, ਕਹਿੰਦੇ ਸੀਨੀਅਰ ਆਫਿਸਰ ਆ ਉਹਦੀ ਬੇਟੀ ਦਾ ਵਿਆਹ ਆ। ਮੈਂ ਕਿਹਾ ਜੀ ਰਸਗੁੱਲੇ ਕਿਉਂ, ਤੇ ਉਹਨਾਂ ਨੇ ਮੈਨੂੰ ਦੱਸਿਆ ਕਈ ਸਾਲ ਪਹਿਲਾਂ ਦੀ ਗੱਲ ਆ, ਕਹਿੰਦੇ ਏਦਾਂ ਹੀ ਡਿਊਟੀਆਂ ਲੱਗਦੀਆਂ ਨੇ, ਕਿਸੇ ਨੂੰ 50 ਕਿਲੋ ਰਸਗੁੱਲਿਆਂ ਦੀ ਡਿਊਟੀ ਲੱਗੀ ਆ, ਕਿਸੇ ਦੀ 50 ਕਿਲੋ ਗੁਲਾਬ ਜਾਮਨਾਂ ਦੀ ਡਿਊਟੀ ਲੱਗੀ ਆ, ਕਿਸੇ ਦੇ ਹਿੱਸੇ ਮੀਟ ਆਇਆ, ਕਿਸੇ ਦੇ ਹਿੱਸੇ ਜਿਹੜੀ ਜੀ ਉਹ ਸ਼ਰਾਬ ਆਈ ਆ। ਤੋ ਏਦਾਂ ਜਿਹੜੇ ਇਹਨਾਂ ਦੀ ਉਹ ਵਿਆਹ ਹੁੰਦੇ ਆ ਅਫਸਰਾਂ ਦੇ ਤੇ ਪੁਲਿਸ ਅਫਸਰਾਂ ਦੇ, ਸੀਨੀਅਰ ਅਫਸਰਾਂ ਦੇ, ਉਹ ਹੇਠਲੇ ਵਾਲਿਆਂ ਨੂੰ ਵਿਗਾੜ ਜਿਹੜਾ ਜੀ ਉਹ ਕਰਨ ਦੇ ਵਾਸਤੇ ਕਹਿੰਦੇ ਆ। ਅਕਸਰ ਇਹ ਕਿਹਾ ਜਾਂਦਾ ਕਿ ਮੰਨ ਲਓ ਜੇ ਇੱਕ ਐਸ ਐਸ ਪੀ ਨੇ ਇਹ ਕਿਹਾ ਕਿ 1,00,000 ਰੁਪਇਆ ਬਈ ਮੈਨੂੰ ਇਸ ਕੰਮ ਦੇ ਵਾਸਤੇ ਚਾਹੀਦਾ, ਵਿਗਾੜ ਉਹਨੇ ਪਾਤੀ ਕਿ ਮੇਰੀ ਬੇਟੀ ਦਾ ਵਿਆਹ ਜਾਂ ਬੇਟੇ ਦਾ ਵਿਆਹ, ਜਿਹੜਾ ਐਸ ਪੀ ਆ ਉਹਨੇ ਐਸ ਪੀ ਨੂੰ ਕਹਿਣਾ, ਐਸ ਪੀ ਫਿਰ 1,00,000 ਰੁਪਇਆ ਨੀ ਇਕੱਠਾ ਕਰਦਾ, ਉਹ 1,50,000 ਇਕੱਠਾ ਕਰਦਾ, ਉਹ 1,50,000 ਥੱਲੇ ਡੀ ਐਸ ਪੀ ਨੂੰ ਕਹਿੰਦਾ ਵੀ 1,50,000 ਇਕੱਠਾ ਕਰਕੇ ਲਿਆ ਕੇ ਦਿਓ ਸਾਹਿਬ ਨੂੰ ਚਾਹੀਦਾ। ਡੀ ਐਸ ਪੀ ਅੱਗੇ ਇੰਸਪੈਕਟਰਾਂ ਦੀ ਡਿਊਟੀ ਲਾਉਂਦਾ, ਉਹ ਫਿਰ 1,50,000 ਦੀ ਨੀ ਲਾਉਂਦਾ, ਉਹ 2,50,000 ਜਿਹੜਾ ਜੀ ਉਹ ਕਹਿੰਦਾ, ਕਿਉਂਕਿ ਉਹਨੇ 1,50,000 ਅੱਗੇ ਦੇਣਾ, 1,00,000 ਰੁਪਇਆ ਉਹ ਆਪਣਾ ਬਣਾ ਲੈਂਦਾ। ਇੰਸਪੈਕਟਰ ਜਿਹੜੇ ਆ ਜੀ ਥੱਲੇ ਫਿਰ ਏ ਐਸ ਆਈ ਦੀ ਡਿਊਟੀ ਲਾਉਂਦੇ ਆ, ਉਹ ਜਿਹੜੇ ਆ ਜੀ ਉਹ 2,50,000 ਨੀ ਕਹਿੰਦੇ, ਉਹ ਫਿਰ 3,00,000 ਜਿਹੜਾ ਜੀ ਉਹ ਕਰ ਲੈਂਦੇ ਆ। ਤੇ ਅੱਗੇ ਤੋਂ ਅੱਗੇ ਏਦਾਂ ਹੀ ਜਿਹੜੀ ਆ ਜੀ ਗੇਮ ਘੁੱਕਦੀ ਆ। ਜੇ ਤੁਸੀਂ ਉੱਪਰ ਡੀ ਜੀ ਪੀ ਜਾਂ ਅਡੀਸ਼ਨਲ ਡੀ ਜੀ ਪੀ ਨੂੰ ਚਾਹੀਦਾ ਹੋਵੇ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਥੱਲੇ ਆਉਂਦਿਆਂ ਆਉਂਦਿਆਂ ਜਿਹੜਾ ਜੀ ਉਹ ਕਿੰਨਾ ਪੈਸਾ ਇਹ ਬਣ ਜਾਂਦਾ ਕਰਪਸ਼ਨ ਦਾ, ਇੱਥੋਂ ਕਰਪਸ਼ਨ ਦਾ ਮੁੱਢ ਵੱਜਦਾ। ਜਿਹੜੇ ਪੁਲਿਸ ਦੇ ਥਾਣੇਦਾਰ ਆ ਉਹ ਹੁਣ ਵਿਗਾੜ ਨਹੀਂ ਲੈ ਸਕਣਗੇ, ਇਹਦੇ ਉੱਤੇ ਪੰਜਾਬ ਸਰਕਾਰ ਨੇ ਰੋਕ ਲਾਈ ਆ ਜੀ, ਕਹਿੰਦੇ ਅਸੀਂ ਮੁਕੰਮਲ ਰੋਕ ਜਿਹੜੀ ਆ ਉਹ ਲਾ ਲਈ ਆ। ਪੁਲਿਸ ਥਾਣਿਆਂ ਦੇ ਵਿੱਚ ਸ਼ਰਾਬ ਮਾਫੀਆ ਤੇ ਲੈਂਡ ਮਾਫੀਆ ਤੋਂ ਵਿਗਾੜ ਜਿਹੜੀ ਆ ਜੀ ਉਹ ਲਈ ਜਾਂਦੀ ਆ, ਇਹ ਗੱਲ ਚੱਲਦੀ ਆ। ਔਰ ਪੁਲਿਸ ਇਹ ਇਸੇ ਜਿਹੜੀ ਵਿਗਾੜ ਆ ਜੀ ਇੱਥੋਂ ਭ੍ਰਿਸ਼ਟਾਚਾਰ ਜਿਹੜਾ ਉਹ ਸਟਾਰਟ ਹੁੰਦਾ। ਡਾਇਰੈਕਟਰ ਜਨਰਲ ਪੁਲਿਸ ਦੇ ਕੰਟਰੋਲਰ ਜਿਹੜੇ ਆ ਜੀ ਉਹਨੇ ਜਿਹੜੇ ਐਸ ਐਸ ਪੀਜ਼ ਨੇ ਉਹਨਾਂ ਨੂੰ ਇੱਕ ਚਿੱਠੀ ਲਿਖੀ ਆ 4 ਜੁਲਾਈ ਨੂੰ ਕਿ ਥਾਣਿਆਂ ਦੇ ਵਿੱਚ ਚੱਲਦੀ ਵਿਗਾੜ ਜਿਹੜੀ ਆ ਜੀ ਉਹਨੂੰ ਬੇਪਰਦ ਜਿਹੜਾ ਉਹ ਕੀਤਾ ਗਿਆ।
ਇਹ ਵੀ ਕਿਹਾ ਗਿਆ ਕਿ ਥਾਣਿਆਂ ਦੇ ਵਿੱਚ ਸਟੇਸ਼ਨਰੀ ਤੇ ਬਾਕੀ ਜਿਹੜੇ ਖਰਚੇ ਆ ਉਹਨਾਂ ਦਾ ਬੋਝ ਮਾਫੀਆ ਜਾਂ ਫਿਰ ਥਾਣੇ ਦੇ ਵਿੱਚ ਕੰਮਕਾਰ ਕਰਾਉਣ ਵਾਲੇ ਲੋਕਾਂ ਦੇ ਉੱਤੇ ਪਾਇਆ ਜਾਂਦਾ ਸੀਗਾ। ਪੁਲਿਸ ਮਹਿਕਮਾ ਖੁਦ ਵੀ ਇਸ ਗੱਲ ਨੂੰ ਕਬੂਲ ਕਰਦਾ ਕਿ ਅਸੀਂ ਜੇਬਾਂ ਚੋਂ ਕਿੱਥੋਂ ਦਈਏ। ਕੇਂਦਰੀ ਗ੍ਰਹਿ ਮੰਤਰਾਲੇ ਦੀ ਪ੍ਰੋਜੈਕਟ ਰਿਪੋਰਟ ਦੇ ਅਨੁਸਾਰ ਪੁਲਿਸ ਥਾਣਿਆਂ ਨੂੰ ਸਟੇਸ਼ਨਰੀ ਤੇ ਬਾਕੀ ਖਰਚਿਆਂ ਦੇ ਵਾਸਤੇ ਫੰਡ ਜਿਹੜਾ ਜੀ ਉਹ ਸਰਕਾਰੀ ਪੱਧਰ ਦੇ ਉੱਤੇ ਦਿੱਤੇ ਜਾਣਗੇ। ਇਹ ਕਿਹਾ ਜਾਂਦਾ ਕਿ ਦੇ ਤਾਂ ਦਿੱਤੇ ਜਾਂਦੇ ਆ ਕਾਗਜ਼ਾਂ ਦੇ ਵਿੱਚ, ਪਰ ਇਹ ਉਹਨਾਂ ਤੱਕ ਪਹੁੰਚਦੇ ਨਹੀਂ। ਔਰ ਜਿਹੜਾ ਥਾਣੇਦਾਰ ਆ ਉਹ ਕਹਿੰਦਾ ਮੈਂ ਹੁਣ ਕਾਗਜ਼ ਜਿਹੜਾ ਕੰਪਿਊਟਰ ਦਾ ਕਾਗਜ਼ ਆ ਉਹ ਕਿੱਥੋਂ ਲੈ ਕੇ ਆਵਾਂ, ਬਾਕੀ ਜਿਹੜੇ ਖਰਚੇ ਆ ਜੀ ਉਹ ਮੈਂ ਕਿੱਥੋਂ ਕਰਾਂ। ਫਿਰ ਉਹ ਕੀ ਕਰਦਾ ਜੀ, ਉਹ ਜਾਂ ਤਾਂ ਜਿਹੜਾ ਕੰਮ ਕਰਾਉਣ ਆਉਂਦਾ ਉਹਨੂੰ ਕਹਿੰਦਾ ਵੀ ਰਾਜੀ, ਦੋਨੋਂ ਧਿਰਾਂ ਕਹਿੰਦੀਆਂ ਜੀ ਰਾਜੀ, ਉਹ ਫਿਰ ਕਹਿੰਦਾ ਜੀ ਨਾਵਾਂ ਕੱਢੋ, ਰਾਜੀਨਾਮਾ ਫਿਰ ਉਹਨੂੰ ਜਿਹੜਾ ਜੀ ਉਹ ਕਹਿ ਦਿੰਦੇ ਆ, ਜਾਂ ਫਿਰ ਉਹ ਜਿਹੜਾ ਸ਼ਰਾਬ ਮਾਫੀਆ ਤੇ ਲੈਂਡ ਮਾਫੀਆ ਉਹਦੇ ਤੋਂ ਮੋਟਾ ਪੈਸਾ ਜਿਹੜਾ ਜੀ ਉਹ ਚੁੱਕਦੇ ਆ ਕਿ ਇਸ ਥਾਣੇ ਦਾ ਜਿਹੜਾ ਜੀ ਉਹ ਖਰਚਾ ਤੁਹਾਨੂੰ ਪੈ ਗਿਆ। ਜਿਹੜੀ ਚਿੱਠੀ ਕੱਢੀ ਗਈ ਆ ਉਹਦੇ ਵਿੱਚ ਇਹ ਕਿਹਾ ਗਿਆ ਕਿ ਇਹ ਤਾਂ ਹੁਣ ਪੈਸੇ ਜਿਹੜੇ ਉਹ ਨਹੀਂ ਲਏ ਜਿਹੜਾ ਜੀ ਉਹ ਜਾ ਸਕਦੇ। ਵੱਡੇ ਅਫਸਰ ਜਦੋਂ ਵਿਗਾੜ ਪਾਉਂਦੇ ਆ ਤਾਂ ਥਾਣੇ ਦੇ ਵਿੱਚ ਜਿਹੜੇ ਦੋ ਨੰਬਰ ਦੇ ਕਾਰੋਬਾਰੀ ਨੇ ਉਹਨਾਂ ਨੂੰ ਸੱਦਦੇ ਨੇ ਥਾਣਿਆਂ ਵਾਲੇ ਕਿ ਲਿਆਓ ਵੀ ਪੈਸਾ, ਹੁਣ ਉੱਤੋਂ ਜਿਹੜਾ ਜੀ ਉਹ ਹੁਕਮ ਆ ਗਿਆ। ਚੋਰੀ ਹੋਏ ਜਿਹੜੇ ਵਹੀਕਲ ਨੇ ਉਹਦਾ ਪੁਲਿਸ ਕੇਸ ਦਰਜ ਕਰਾਉਣਾ ਕੋਈ ਸੌਖਾ ਨਹੀਂ। ਪੁਲਿਸ ਜਿਹੜੀ ਆ ਜੀ ਇਹਨੂੰ ਰੋਕਣ ਦੇ ਵਾਸਤੇ ਫੰਡਾਂ ਦੀ ਵੰਡ ਕਰਦੀ ਆ, ਪਰ ਫੰਡ ਜਿਹੜੇ ਆ ਜੀ ਇਹਦਾ ਕੋਈ ਵੇਰਵਾ ਨਹੀਂ ਜਿਹੜਾ ਉਹ ਦਿੱਤਾ ਗਿਆ। ਇਹ ਵੀ ਕਿਹਾ ਗਿਆ ਕਿ ਐਸ ਐਸ ਪੀ ਦਫ਼ਤਰ ਦੇ ਵਾਸਤੇ 25,000 ਰੁਪਇਆ ਮਹੀਨਾ, ਡੀ ਐਸ ਪੀ ਸਬ ਡਿਵੀਜ਼ਨ ਦੇ ਵਾਸਤੇ 5,000 ਰੁਪਇਆ ਮਹੀਨਾ ਤੇ ਪੁਲਿਸ ਥਾਣੇ ਲਈ 10,000 ਰੁਪਇਆ ਮਹੀਨਾ ਦੀ ਵੰਡ ਜਿਹੜੀ ਆ ਉਹ ਕੀਤੀ ਗਈ ਆ। ਪੁਲਿਸੀਏ ਜਿਹੜੇ ਆ ਜੀ ਹੇਠਲੇ ਉਹ ਕਹਿੰਦੇ ਆ ਸਾਡੇ ਤੱਕ ਫੰਡ ਇਹ ਪਹੁੰਚਦੇ ਹੀ ਨਹੀਂ, ਉਹ ਕਹਿੰਦੇ ਐਵੇਂ ਕਾਗਜ਼ਾਂ ਦੇ ਵਿੱਚ ਜਿਹੜਾ ਜੀ ਮਿਲਦੇ ਆ। ਉਹ ਕਹਿੰਦੇ ਜਦੋਂ ਦਾ ਕੰਪਿਊਟਰ ਆ ਗਿਆ ਸਾਡੀ ਤਾਂ ਪੇਪਰ ਦੀ ਲਾਗਤ ਹੀ ਇੰਨੀ ਜਿਹੜੀ ਜੀ ਉਹ ਵੱਧ ਗਈ ਆ ਕਿ ਅਸੀਂ ਕਿਵੇਂ ਜਿਹੜਾ ਜੀ ਇਹ ਪੂਰਾ ਕਰ ਸਕਦੇ। ਕਹਿੰਦੇ ਹਰ ਥਾਣੇ ਦੇ ਵਿੱਚ 25 ਕੇਸ ਜਿਹੜੇ ਆ ਉਹ ਰਜਿਸਟਰ ਹੁੰਦੇ ਆ ਤੇ 25 ਪੇਪਰ ਜਿਹੜੇ ਜੀ ਉਹ ਕਿੱਥੋਂ ਲਿਆਉਂਦੇ ਜਾਣ। ਉਹ ਕਹਿੰਦੇ ਨਾ ਸਾਡੇ ਕੋਲ ਸਿਆਹੀ ਆ ਨਾ ਪੇਪਰ ਆ ਤੇ ਅਸੀਂ ਇਹਦੇ ਵਾਸਤੇ ਜਿਹੜਾ ਜੀ ਪੈਦਾ ਤਾਂ ਉਹਨੂੰ ਕਿਤੋਂ ਨਾ ਕਿਤੋਂ ਕਰਾਂਗੇ ਨਾ। ਫਿਰ ਉੱਥੋਂ ਵਿਗਾੜ ਜਿਹੜੀ ਜੀ ਸ਼ੁਰੂ ਹੁੰਦੀ ਆ। ਇਹ ਵਿਗਾੜ ਜਿਹੜੀ ਆ ਸਿਰਫ ਪੇਪਰ ਕਾਗਜ਼ ਤੱਕ ਸੀਮਿਤ ਨਹੀਂ ਆ ਜੀ, ਰੋਟੀ ਦੀ ਵਿਗਾੜ ਜਿਹੜੀ ਜੀ ਉਹ ਕੀਤੀ ਜਾਂਦੀ ਆ, ਗੱਡੀਆਂ ਦੀ ਵਿਗਾੜ ਜਿਹੜੀ ਉਹ ਟੈਕਸੀ ਵਾਲੇ ਜਿਹੜੇ ਜੀ ਉਹ ਕਰਦੇ ਆ। ਜਿਹੜਾ ਹੁਣ ਟੈਕਸੀ ਜਿਹੜੀ ਯੂਨੀਅਨ ਬਣੀਆਂ ਹੋਈਆਂ ਨੇ ਜੇ ਉਹ ਪੁਲਿਸ ਦੀ ਵਿਗਾੜ ਨਹੀਂ ਕਰਦੇ ਤਾਂ ਉਹਨਾਂ ਵਿਚਾਰਿਆਂ ਨੂੰ ਚਲਾਨ ਜਿਹੜੇ ਆ ਜੀ ਉਹ ਭੁਗਤਣੇ ਪੈਂਦੇ ਆ। ਇੱਥੋਂ ਜੜ ਤਾਂ ਕਰਪਸ਼ਨ ਦੀ ਸ਼ੁਰੂ ਹੁੰਦੀ ਆ, ਪਰ ਸਵਾਲ ਇਹ ਆ ਜੀ ਕਿ ਕੀ ਇਹ ਕਰਪਸ਼ਨ ਜਿਹੜੀ ਆ ਇੱਕ ਚਿੱਠੀ ਦੇ ਨਾਲ ਰੁਕ ਸਕਦੀ ਆ, ਜਿਹੜੀ ਕਿ ਤੁਸੀਂ ਇਹ ਕਿਹਾ ਜਾ ਸਕਦਾ ਜੀ ਕਿ ਇਹ ਸੰਭਵ ਨਹੀਂ ਆ ਜੀ। ਜੀ ਜੀ ਬਿਲਕੁਲ, ਚਿੱਠੀ ਨੇ ਇੱਦਾਂ ਚੀਜ਼ਾਂ ਨੂੰ ਰੋਕਣਾ ਹੁੰਦਾ ਜਾਂ ਇਹ ਕੁਛ ਹੋ ਜਾਣਾ ਹੁੰਦਾ ਤਾਂ ਹੁਣ ਤੱਕ ਬੜਾ ਕੁਛ ਤਬਦੀਲ ਹੋਇਆ ਹੋਣਾ ਸੀ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਜਸਵੰਤ ਸਿੰਘ ਖਾਲੜਾ ਹੋਣਾ ਦੀ ਰਿਪੋਰਟ ਲਗਾ ਕੇ ਜਿਹੜੀ ਆ ਉਹ ਮਾਮਲਾ ਹੁਣ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ। ਐਕਚੁਅਲੀ ਜੀ ਇਹ ਮਾਮਲਾ ਤਾਂ ਹੈਗਾ ਜੀ ਬਹੁਤ ਪੁਰਾਣਾ, ਪਰ ਇੰਨੇ ਸਾਲ ਇਹਨੂੰ ਕਿਉਂ ਜਿਹੜਾ ਜੀ ਆਉਂਦਿਆਂ ਲੱਗ ਗਏ, ਬਹੁਤ ਵੱਡਾ ਜਿਹੜਾ ਜੀ ਉਸ ਵਾਲੀਆ ਚਿੰਨ੍ਹ ਹੈ। 1980 ਤੋਂ ਲੈ ਕੇ 1994 ਤੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਸੀ ਉਹਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਲਾਸ਼ਾਂ ਨੂੰ ਲਾਵਾਰਸ ਜਿਹੜਾ ਜੀ ਉਹ ਕਰਾਰ ਦੇ ਕੇ ਵੱਖ ਵੱਖ ਸ਼ਮਸ਼ਾਨ ਘਾਟਾਂ ਦੇ ਵਿੱਚ ਜਿਹੜਾ ਜੀ ਉਹ ਇਹਨਾਂ ਦਾ ਸੰਸਕਾਰ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਕਰ ਦਿੱਤਾ ਗਿਆ ਸੀਗਾ। ਇਹਦੇ ਵਾਸਤੇ ਜਸਵੰਤ ਸਿੰਘ ਖਾਲੜਾ ਹੋਰਾਂ ਨੇ ਸਭ ਤੋਂ ਪਹਿਲਾਂ ਜਿਹੜਾ ਜੀ ਉਹ ਇਨੀਸ਼ੀਏਟਿਵ ਲਿਆ, ਔਰ ਬਦਕਿਸਮਤੀ ਇਹ ਰਹੀ ਜੀ ਕਿ ਜਸਵੰਤ ਸਿੰਘ ਖਾਲੜਾ ਹੋਰੀ ਖੁਦ ਇੱਕ ਲਾਸ਼ ਬਣ ਗਏ। ਤੇ ਉਦੋਂ ਵੀ ਵੱਡੀ ਜਿਹੜੀ ਜੀ ਉਹ ਹੈਰਾਨਗੀ ਵਾਲੀ ਗੱਲ ਇਹ ਰਹੀ ਕਿ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਆਪਣੀ ਲਾਸ਼ ਜਿਹੜੀ ਸੀ ਉਹ ਅੱਜ ਤੱਕ ਨਾ ਲੱਭੀ। ਇਸ ਮਾਮਲੇ ਦੇ ਵਿੱਚ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੂੰ ਸਜ਼ਾ ਵੀ ਹੋ ਗਈ, ਇਹ ਤਾਂ ਪ੍ਰੂਵ ਹੋ ਗਿਆ ਕਿ ਉਹਨਾਂ ਨੂੰ ਚੁੱਕ ਕੇ ਜਿਹੜਾ ਜੀ ਉਹ ਪੁਲਿਸ ਨੇ ਖਪਾ ਦਿੱਤਾ, ਕਿੱਥੇ ਖਪਾਇਆ ਕਿਵੇਂ ਖਪਾਇਆ ਇਹ ਸਭ ਪੁਲਿਸ ਦੀਆਂ ਫਾਈਲਾਂ ਦੇ ਵਿੱਚ ਜਿਹੜਾ ਜੀ ਉਹ ਦੱਬ ਕੇ ਰਹਿ ਗਿਆ। ਇਹ ਮਾਮਲਾ ਇੱਕ ਵਾਰੀ ਫੇਰ ਜਿਹੜਾ ਜੀ ਉਹ ਉਭਰਿਆ, ਉਹਦੇ ਉਭਰਨ ਦਾ ਰੀਜ਼ਨ ਜਿਹੜਾ ਜੀ ਉਹ ਇਹ ਆ ਕਿ ਇਹੀ ਰਿਪੋਰਟ ਜਿਹੜੀ ਆ ਜੀ ਉਹ ਹੁਣ ਸੁਪਰੀਮ ਕੋਰਟ ਦੇ ਵਿੱਚ ਲਾਈ ਗਈ ਆ ਜੀ। ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਦੇ ਤਹਿਤ ਜਿਹੜੀ ਆ ਜੀ ਉਹ ਲੱਗੀ ਆ, ਔਰ ਇਹਦੇ ਵਿੱਚ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਸ਼ਾਮਿਲ ਜਿਹੜਾ ਜੀ ਉਹ ਕੀਤਾ ਗਿਆ, ਜਿਨ੍ਹਾਂ ਦੇ ਪਰਿਵਾਰਾਂ ਦੇ ਨੌਜਵਾਨ ਜਿਹੜੇ ਪੁੱਤ ਸਨ ਉਸ ਵੇਲੇ ਗਾਇਬ ਕਰ ਦਿੱਤੇ ਸਨ ਪੁਲਿਸ ਨੇ, ਔਰ ਉਹਨਾਂ ਨੂੰ ਅਣਪਛਾਤੇ ਅੱਤਵਾਦੀ ਜਿਹੜਾ ਜੀ ਉਹ ਕਹਿ ਕੇ ਖਪਾ ਦਿੱਤਾ ਸੀ, ਔਰ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਸੀ ਅਣਪਛਾਤੀਆਂ ਕਹਿ ਕੇ ਸਾੜ ਦਿੱਤੀਆਂ ਗਈਆਂ ਸੀਗੀਆਂ। ਅੰਮ੍ਰਿਤਸਰ ਮਜੀਠਾ ਤਰਨ ਤਾਰਨ ਸ਼ਮਸ਼ਾਨ ਘਾਟ ਦੇ ਵਿੱਚ ਸੈਂਕੜੇ ਲਾਵਾਰਸ ਲਾਸ਼ਾਂ ਦਾ ਮਾਮਲਾ ਜਿਹੜਾ ਜੀ ਉਹ ਦੁਨੀਆਂ ਭਰ ਦੇ ਵਿੱਚ
ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਸੀਗਾ। ਤਰਨ ਤਾਰਨ ਦੇ ਸ਼ਮਸ਼ਾਨ ਘਾਟ ਦੇ ਵਿੱਚ ਸੈਂਕੜੇ ਲਾਵਾਰਸ ਲਾਸ਼ਾਂ ਜਿਹੜੀਆਂ ਸੀਗੀਆਂ ਜੀ ਉਹ ਸਾੜਨ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਸੀਗਾ। ਔਰ ਪਟੀਸ਼ਨ ਦੇ ਰਾਹੀਂ ਹੁਣ ਇਹ ਗੱਲ ਆਖੀ ਗਈ ਆ ਕਿ ਇਹ ਜਦੋਂ ਏਡੇ ਵੱਡੇ ਤੱਥ ਜਿਹੜੇ ਜੀ ਉਹ ਮੌਜੂਦ ਆ ਤੇ ਅਜੇ ਤੱਕ ਇਸ ਮਾਮਲੇ ਦੇ ਉੱਤੇ ਕੀਤਾ ਕਿਉਂ ਨਹੀਂ ਗਿਆ ਜੀ ਕੁਛ ਵੀ। ਇਸ ਪਟੀਸ਼ਨ ਦੇ ਵਿੱਚ ਮੰਗ ਜਿਹੜੀ ਆ ਜੀ ਉਹ ਇਹ ਕੀਤੀ ਗਈ ਆ ਕਿ ਟਰੁੱਥ ਕਮਿਸ਼ਨ ਜਿਹੜਾ ਜੀ ਉਹ ਸਥਾਪਿਤ ਕੀਤਾ ਜਾਵੇ, ਪੀੜਤਾਂ ਨੂੰ ਨਿਆਂ ਦਿੱਤਾ ਜਾਵੇ, ਦੋਸ਼ੀਆਂ ਦੇ ਖਿਲਾਫ ਕਾਰਵਾਈ ਜਿਹੜੀ ਜੀ ਉਹ ਕੀਤੀ ਜਾਵੇ। ਇਹ ਦੱਸਿਆ ਗਿਆ ਕਿ 1980 ਤੋਂ ਲੈ ਕੇ 1994 ਤੱਕ ਕੋਈ 8527 ਬੰਦੇ ਲਾਪਤਾ ਹੋਏ ਜਾਂ ਮਾਰ ਦਿੱਤੇ ਗਏ। ਇਹਨਾਂ ਕੇਸਾਂ ਦੀ ਜਿਹੜੀ ਜੀ ਉਹ ਪੜਤਾਲ ਕੀਤੀ ਗਈ। ਇਹਦੇ 14 ਜ਼ਿਲ੍ਹਿਆਂ 6140 ਕੇਸ ਜਿਹੜੇ ਸੀ ਉਹ ਅਣਪਛਾਤੀਆਂ ਲਾਵਾਰਸ ਲਾਸ਼ਾਂ ਕਰਾਰ ਦੇਣ ਦੇ ਸੀਗੇ। 1400 FIR ਜਿਹੜੀਆਂ ਸੀ ਸਬੂਤ ਵਜੋਂ ਪੇਸ਼ ਕੀਤੀਆਂ ਗਈਆਂ। ਇਹਦੇ 'ਚ ਪੁਲਿਸ ਨੇ ਦਾਅਵਾ ਇਹ ਕੀਤਾ ਕਿ ਇਹ ਅਣਪਛਾਤੇ ਅੱਤਵਾਦੀ ਸੀਗੇ, ਜਦੋਂ ਕਿ ਇਹ ਇਨੋਸੈਂਟ ਜਿਹੜੇ ਮੁੰਡੇ ਸੀਗੇ ਜੀ ਉਹ ਚੁੱਕ ਕੇ ਮਾਰੇ ਗਏ। ਮਾਮਲਾ ਆਪਾਂ ਪਹਿਲਾਂ ਵੀ ਜਿਹੜੀ ਗੱਲ ਕੀਤੀ ਹੈ ਕਿ ਕਿਵੇਂ ਜਿਹੜੇ ਜੀ ਇਹ ਮਾਮਲੇ ਪਿਛਲੇ ਦਿਨਾਂ ਦੇ ਵਿੱਚ ਵੀ ਉਭਰੇ ਆ, ਅੱਜ ਵੀ ਜਿਹੜਾ ਜੀ ਇਹ ਸਾਰਾ ਕੁਛ ਚੱਲ ਰਿਹਾ। ਹੁਣ ਸੁਪਰੀਮ ਕੋਰਟ ਦੇ ਉੱਤੇ ਨਿਰਭਰ ਆ ਜੀ ਕਿ ਉਹ ਇਸ ਮਾਮਲੇ ਦੇ ਉੱਤੇ ਨੈਕਸਟ ਸਟੈਪ ਜਿਹੜਾ ਜੀ ਉਹ ਕੀ ਲੈਂਦੀ ਹੈ, ਕਿਉਂਕਿ ਦਸਤਾਵੇਜ਼ ਤਾਂ ਬਹੁਤ ਸਾਰੇ ਜਿਹੜੇ ਜੀ ਉਹ ਮੌਜੂਦ ਆ ਜੀ। ਹੁਣ ਸਵਾਲ ਇਹ ਆ ਕਿ ਉਹਨਾਂ ਨੂੰ ਕਿਨ ਚੁੱਕਿਆ, ਕਿਹੜੇ ਕਿਹੜੇ ਪੁਲਿਸੀਆਂ ਨੇ ਜਿਹੜਾ ਜੀ ਉਹ ਚੁੱਕਿਆ, ਉਸ ਟਾਈਮ ਕੀ ਉਸ ਏਰੀਏ ਦੇ ਪੁਲਿਸੀਆਂ ਦੇ ਉੱਤੇ ਕੋਈ ਸ਼ਿਕੰਜਾ ਕੱਸਿਆ ਜਾਊਗਾ। ਸੁਪਰੀਮ ਕੋਰਟ ਜਿਹੜੀ ਆ ਇਸ ਤੋਂ ਅੱਗੇ ਕਿੱਧਰ ਨੂੰ ਜਾਂਦੀ ਆ, ਕੀ ਉਹ ਕੋਈ ਕਮਿਸ਼ਨ ਬਣਾਉਣ ਦੀ ਗੱਲ ਕਰਦੀ ਆ, ਜਾਂ ਉਹ ਇਹ ਕਹਿੰਦੀ ਆ ਕਿ ਇਹ ਮਾਮਲਾ ਬਹੁਤ ਪੁਰਾਣਾ ਹੋ ਗਿਆ, ਜਾਂ ਉਹ ਜਿਹੜੇ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਵੱਲੋਂ ਦਸਤਾਵੇਜ਼ ਇਕੱਠੇ ਕੀਤੇ ਗਏ ਸੀਗੇ ਉਹਨਾਂ ਨੂੰ ਉਹ ਰੈਲੇਵੈਂਟ ਮੰਨਦੀ ਆ ਨਹੀਂ ਮੰਨਦੀ। ਪਰ ਇੰਨਾ ਜ਼ਰੂਰ ਆ ਕਿ ਇਹ ਮਾਮਲਾ ਇੱਕ ਵਾਰੀ ਫਿਰ ਇੰਨੇ ਸਾਲਾਂ ਤੋਂ ਬਾਅਦ ਦੁਬਾਰਾ ਜਿਹੜਾ ਜੀ ਉਹ ਉੱਭਰ ਪਿਆ। ਪਿਛਲੇ ਦਿਨੀ ਅਜੇ ਜਿਹੜੇ ਜਸਵੰਤ ਸਿੰਘ ਖਾਲੜਾ ਹੋਰਾਂ ਨੂੰ ਜਿਹਦੇ ਜਿਹਨਾਂ ਨੇ ਮਾਰਿਆ ਸੀ, ਜਿਹਨਾਂ ਦੇ ਉੱਤੇ ਕਤਲ ਦਾ ਕੇਸ ਸੀਗਾ, ਉਹਨਾਂ ਨੇ ਪੈਰੋਲ ਦੇ ਵਾਸਤੇ ਅਪਲਾਈ ਕੀਤਾ ਸੀਗਾ DSP ਨੇ, ਉਹਦੀ ਜ਼ਮਾਨਤ ਦਾ ਵਿਰੋਧ ਵੀ ਜਿਹੜਾ ਜੀ ਉਹ ਹੋਇਆ। ਇਹ ਜੇ ਆਪਾਂ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਜੋੜ ਕੇ ਦੇਖੀਏ ਨਾ, ਚਾਹੇ ਆਪਾਂ ਸਭ ਤੋਂ ਪਹਿਲੀ ਜਿਹੜੀ ਗੱਲ ਕਵਰ ਕੀਤੀ ਸੀ ਉਹ ਸੀਗੀ, ਚਾਹੇ 1993 ਵਾਲਾ ਮਾਮਲਾ ਸੀਗਾ, ਚਾਹੇ ਰੋਪੜ ਦੇ ਵਿੱਚ ਜਿਹੜਾ ਜੀ ਇੱਕ ਮੁੰਡਾ ਚੁੱਕ ਕੇ ਖਪਾ ਦਿੱਤਾ ਸੀਗਾ ਗੁਰਨਾਮ ਸਿੰਘ ਬਡਾਲਾ ਕਹਿ ਕੇ, ਤੇ ਗੁਰਨਾਮ ਸਿੰਘ ਬਡਾਲਾ ਬਾਅਦ ਦੇ ਵਿੱਚ ਜੀਂਦਾ ਨਿਕਲ ਆਇਆ ਸੀਗਾ। ਇਹ ਸਾਰੀਆਂ ਉਹ ਪਰਤਾਂ ਨੇ ਜੀ ਜਿਹੜੀਆਂ ਕਦੀ ਪੁਰਾਣੀਆਂ ਨਹੀਂ ਹੁੰਦੀਆਂ, ਜਿਹਨਾਂ ਦੇ ਘਰਾਂ ਦੇ ਪੁੱਤ ਜਿਹੜੇ ਜੀ ਉਹ ਚਲੇ ਗਏ, ਪੁਲਿਸ ਨੇ ਚੁੱਕ ਕੇ ਖਪਾ ਦਿੱਤੇ, ਉਹਨਾਂ ਦੇ ਵਾਸਤੇ ਤਾਂ ਇਹ ਫਾਈਲਾਂ ਕਦੀ ਪੁਰਾਣੀਆਂ ਹੋ ਹੀ ਨਹੀਂ ਸਕਦੀਆਂ। ਬਿਲਕੁਲ ਬਿਲਕੁਲ ਜੀ। ਅਗਲੀ ਪੰਨੂ ਜੀ ਆਪਾਂ ਗੱਲ ਕਰਦੇ, ਕਹਿੰਦੇ 550 ਸਾਲਾ ਸਮਾਗਮਾਂ ਨੂੰ ਲੈ ਕੇ ਹੁਣ ਕਾਂਗਰਸ ਅਤੇ ਅਕਾਲੀਆਂ ਦੇ ਵਿਚਾਲੇ ਸਿਆਸਤ ਪੱਖੀ ਆ। ਦੇਖੋ ਸਿਆਸਤ ਹੀ ਜਿਹੜੀ ਆ ਜੀ ਉਹ ਹੋ ਰਹੀ ਹੈ, ਜਿਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹਨਾਂ ਸਮਾਗਮਾਂ ਦਾ ਕਰਨਾ ਕੀ ਹੈ ਜੀ ਇਹਨਾਂ ਸਿਆਸਤਦਾਨਾਂ ਨੇ, ਕਾਫੀ ਹੱਦ ਤੱਕ ਜਿਹੜੀ ਜੀ ਉਹ ਗੱਲ ਕਲੀਅਰ ਦਿੰਦੀ ਆ। ਪੰਜਾਬ ਸਰਕਾਰ ਦੇ ਅੱਲੇ ਪੱਲੇ ਕੁਛ ਨਹੀਂ ਹੈਗਾ ਜੀ, ਪੰਜਾਬ ਸਰਕਾਰ ਜਿਹੜੀ ਆ ਜੀ ਉਹ ਨੰਗ ਪੁੰਗ ਹੈ ਜਿਹੜਾ ਜੀ ਕਹਿਣ ਨੂੰ ਕੁਛ ਵੀ ਜਿਹੜਾ ਜੀ ਉਹ ਕਹੀ ਜਾਣ। ਆ ਬਜਟ ਪੇਸ਼ ਹੋ ਕੇ ਹਟਿਆ ਹੁਣੇ 550 ਸਾਲਾਂ ਦੇ ਬਾਰੇ ਦੇ ਵਿੱਚ ਅਕਾਲੀ ਦਲ ਮਿਲਿਆ ਪਿਛਲੇ ਦਿਨ ਪ੍ਰਧਾਨ ਮੰਤਰੀ ਨੂੰ, ਪ੍ਰਧਾਨ ਮੰਤਰੀ ਕਹਿੰਦੇ ਹਾਂ ਮੈਂ ਉਹਨਾਂ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਊਂਗਾ ਜਿਹੜੇ ਸੁਲਤਾਨਪੁਰ ਲੋਧੀ ਹੋਣੇ ਆ। ਐਡੇ ਵੱਡੇ ਜਦੋਂ ਸਮਾਗਮ ਮਨਾਏ ਜਾਣੇ, ਹੁਣ ਸਰਕਾਰ ਇਹ ਦਾਅਵਾ ਕਰਦੀ ਹੋਵੇ ਕਿ ਅਸੀਂ ਮਨਾਵਾਂਗੇ ਵੱਡੇ ਪੱਧਰ ਦੇ ਉੱਤੇ ਮਨਾਵਾਂਗੇ, ਉਹਨਾਂ ਦੇ ਵਾਸਤੇ ਫੰਡ ਦੀ ਜਦੋਂ ਗੱਲ ਆਵੇ ਤੇ ਕੋਈ ਫੰਡ ਰੱਖਿਆ ਹੀ ਨਾ ਜਾਵੇ, ਇਹ ਆਪਣੇ ਆਪ ਦੇ ਵਿੱਚ ਵੱਡਾ ਜਿਹੜਾ ਜੀ ਉਹ ਸਵਾਲ ਹੈ ਜੀ। ਇਸ ਮਸਲੇ ਦੇ ਉੱਤੇ ਕੈਬਨਿਟ ਮੰਤਰੀ ਜਿਹੜੇ ਪੰਜਾਬ ਦੇ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਚਿੱਠੀ ਲਿਖੀ ਸੀ ਅਕਾਲ ਤਖ਼ਤ ਦੇ ਜਥੇਦਾਰ ਨੂੰ, ਇਹ ਗੱਲ ਆਖੀ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਇਹਦੇ ਉੱਤੇ ਸਿਆਸਤ ਕਰ ਰਹੀ ਆ, ਕਹਿੰਦੇ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਝੋਲੀ 'ਚ ਪੈ ਗਈ ਆ। ਉਹ ਕਹਿੰਦੇ ਅਸੀਂ ਪੰਜਾਬ ਸਰਕਾਰ ਦੇ ਵੱਲੋਂ ਇਹ ਗੱਲ ਆਖੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਅੰਦਰਲੇ ਸਮਾਗਮ ਤੁਸੀਂ ਰੱਖੋ, ਬਾਹਰਲੇ ਸਮਾਗਮ ਸਾਨੂੰ ਦੇ ਦਿਓ, ਆਪਾਂ ਰਲ ਮਿਲ ਕੇ ਇਹਨਾਂ ਸਮਾਗਮਾਂ ਨੂੰ ਜਿਹੜਾ ਜੀ ਮਨਾਈਏ। ਉਹ ਕਹਿੰਦੇ ਸਾਡੀ ਗੱਲ ਹੀ ਨਹੀਂ ਜਿਹੜੀ ਜੀ ਉਹ ਸੁਣੀ ਜਾ ਰਹੀ। ਹੁਣ ਇਹਦੇ ਉੱਤੇ ਪ੍ਰਤੀਕਿਰਿਆ ਜਿਹੜੀ ਜੀ ਦੂਜੇ ਪਾਸੇ ਤੋਂ ਆਈ ਆ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਹੋਰੀ ਕਹਿੰਦੇ ਆ ਕਿ ਸਿਆਸੀ ਲੋਕ ਇਹਨਾਂ ਸਮਾਗਮਾਂ ਦਾ ਸਿਆਸੀਕਰਨ ਕਰਨਗੇ ਤੇ ਉਹ ਸਿਆਸੀ ਗੱਲਾਂ ਹੀ ਕਰਨਗੇ। ਵੈਸੇ ਇਹਦੇ 'ਚ ਥੋੜੀ ਹੈਰਾਨਗੀ ਵਾਲੀ ਗੱਲ ਹੈ, ਮਨਜਿੰਦਰ ਸਿੰਘ ਸਰਸਾ ਹੋਰੀ ਖੁਦ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਤੋਂ MLA ਨੇ, ਉਹ ਵੀ ਤਾਂ ਸਿਆਸੀ ਨੇ, ਸਿਆਸੀ ਗੱਲ ਉਹੀ ਕਰ ਰਹੇ ਨੇ, ਪ੍ਰਤੀਕਰਮ ਹੁਣ ਮਨਜਿੰਦਰ ਸਿੰਘ ਸਰਸਾ ਕਿਉਂ ਦੇ ਰਹੇ ਆ ਜੀ? ਇਹ ਬਹੁਤ ਵੱਡਾ ਜਿਹੜਾ ਸਵਾਲ ਹੈ।
ਮਨਜਿੰਦਰ ਸਿੰਘ ਸਰਸਾ ਕਹਿੰਦੇ ਆ ਕਿ ਸਾਨੂੰ ਗੁਰੂ ਸਾਹਿਬ ਨੇ ਧਾਰਮਿਕ ਸੇਵਾ ਦਿੱਤੀ ਆ, ਅਸੀਂ ਉਹ ਕਰਾਂਗੇ। ਪਰ ਮੈਂ ਉਹਨਾਂ ਸਿਆਸੀ ਲੋਕਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਇਸ ਸਮਾਗਮ ਤੇ ਸਿਆਸਤ ਨਾ ਕੀਤੀ ਜਾਵੇ। ਹੁਣ ਸਿਆਸਤ ਤਾਂ ਉਹ ਵੀ ਕਰ ਰਹੇ ਆ ਜੀ, ਬਰਾਬਰ ਦੀ ਜਿਹੜੀ ਅਸੀਂ ਕਰ ਰਹੇ ਹਾਂ, ਕਿਉਂਕਿ ਜੇ ਕਾਂਗਰਸ ਇਹਦੀ ਗੱਲ ਕਰਦੀ ਆ, ਉਹ ਕਹਿੰਦੇ ਜੀ ਕਾਂਗਰਸ ਦੇਖੋ ਸਾਡੇ ਧਾਰਮਿਕ ਕੰਮਾਂ ਦੇ ਵਿੱਚ ਜਿਹੜੀ ਉਹ ਦਖਲ ਦੇ ਰਹੀ ਆ, ਜਦੋਂ ਕਿ ਸਭ ਨੂੰ ਪਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਗੋਬਿੰਦ ਸਿੰਘ ਕਾਂਜਲਾ, ਉਹ ਜਿਹੜੇ ਜੀ ਸਿਆਸੀ ਪਿਛੋਕੜ ਵਾਲੇ ਵਿਅਕਤੀ ਨੇ, ਅਕਾਲੀ ਦਲ ਦੇ ਵੱਲੋਂ ਚੋਣ ਲੜਦੇ ਰਹੇ ਆ, ਚਲੋ ਇਹਨੂੰ ਤੁਸੀਂ ਪਾਸੇ ਵੀ ਗੱਲ ਕਰ ਦਿਓ। ਮਨਜਿੰਦਰ ਸਿੰਘ ਸਰਸਾ ਹੋਰੀ ਤਾਂ MLA ਨੇ, MLA ਵੀ ਉਹ ਭਾਰਤੀ ਜਨਤਾ ਪਾਰਟੀ ਦੇ ਨੇ, ਅਕਾਲੀ ਦਲ ਦੇ ਨਹੀਂ। ਅਕਾਲੀ ਦਲ ਨੇ ਉਹਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਜਿਹੜਾ ਜੀ ਉਹ ਪ੍ਰਧਾਨ ਬਣਾਇਆ ਹੋਇਆ। ਇਹ ਹੈਰਾਨਗੀ ਵਾਲੀ ਗੱਲ ਹੈ ਕਿ 550 ਸਾਲਾਂ ਜਿਹੜੇ ਸਮਾਗਮ ਹੋਣੇ ਆ, ਬਜਾਏ ਇਹਦੇ ਕਿ ਉਹਦਾ ਕੋਈ ਪ੍ਰੋਗਰਾਮ ਉਲੀਕਿਆ ਜਾਵੇ, ਜਿਹੜਾ ਪ੍ਰੋਗਰਾਮ ਸਰਕਾਰ ਵੀ ਫੋਲੋ ਕਰੇ, ਜਿਹੜਾ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਫੋਲੋ ਕਰੇ, ਜਿਹੜਾ ਪ੍ਰੋਗਰਾਮ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਜਿਹੜਾ ਜੀ ਉਹ ਫੋਲੋ ਕਰੇ, ਉਹ ਪ੍ਰੋਗਰਾਮ ਕੋਈ ਉਲੀਕਣ ਦੀ ਬਜਾਏ ਇਹ ਲੋਕ ਇੱਕ ਦੂਜੇ ਦੇ ਉੱਤੇ ਜਿਹੜੀ ਹੈ ਜੀ ਉਹ ਦੂਸ਼ਣਬਾਜ਼ੀ ਦੇ ਉੱਤੇ ਉਤਰੇ ਹੋਏ ਨੇ। ਸ਼ਾਇਦ ਇਹਨਾਂ ਦਾ ਮਕਸਦ ਜਿਹੜਾ ਜੀ ਇਹ ਆ ਕਿ ਇਹ ਟਾਈਮ ਹੀ ਜਿਹੜਾ ਜੀ ਉਹ ਟਪਾਉਣਾ ਆ। ਜਿਵੇਂ ਇੱਕ ਪਾਸੇ ਦਾ ਇਸ਼ਤਿਹਾਰ ਜਿਹੜਾ ਜੀ ਉਹ ਸਰਕਾਰ ਦਾ ਲੱਗਦਾ ਜੀ 550 ਸਾਲਾਂ ਆ ਰਿਹਾ ਤੇ ਅਸੀਂ ਬੂਟੇ ਲਾਉਣੇ ਆ ਤੇ ਦੋ ਦੋ ਘਰ ਜਿਹੜੇ ਲਵਾਂਗੇ ਅਸੀਂ ਉਹਨਾਂ ਨੂੰ ਪੈਸੇ ਵੀ ਦੇਵਾਂਗੇ, ਦੂਜੇ ਪਾਸੇ ਇਸ਼ਤਿਹਾਰ ਜਿਹੜੇ ਜੀ ਉਹ ਅਖਬਾਰ 'ਚ ਲੱਗਦੇ ਆ ਕਿ ਫਲਾਂ ਜਗ੍ਹਾ ਦੇ ਉੱਤੇ ਬੂਟੇ ਕੱਟਣ ਦੇ ਵਾਸਤੇ ਜਿਹੜਾ ਜੀ ਉਹ ਟੈਂਡਰ ਮੰਗੇ ਜਾ ਰਹੇ ਆ। ਜੀ ਬਿਲਕੁਲ ਬਿਲਕੁਲ, ਇਹ ਸਮਝ ਨਹੀਂ ਆ ਰਹੀ ਕੀ ਆ, ਕਈ ਥਾਵਾਂ ਦੇ ਉੱਤੇ ਉਹ ਜਿਹੜੇ ਸਰਪੰਚ ਦੀਆਂ ਚਿੱਠੀਆਂ ਵੀ ਜਿਹੜੀ ਉਹ ਸਾਹਮਣੇ ਜਿਹੜੀ ਉਹ ਆਈ ਸੀ, ਹੁਣ ਉੱਦਾਂ ਭਾਵੇਂ ਉਹਨਾਂ ਨੇ ਲੋਕਾਂ ਦਾ ਪ੍ਰੈਸ਼ਰ ਦੇਖਦੇ ਹੋਏ ਉਸ ਨੂੰ ਰੱਦ ਕਰ ਦਿੱਤਾ ਹੈ। ਸੋ ਇੰਨਾ ਕੁ ਤਾਂ ਚਲੋ ਆਪਾਂ ਕਹਿ ਸਕਦੇ ਹਾਂ ਵੀ ਲੋਕ ਇਸ ਬੂਟਿਆਂ ਦੇ ਪੱਖੀ ਵਾਤਾਵਰਨ ਦੇ ਪ੍ਰਤੀ ਥੋੜ੍ਹਾ ਬਹੁਤਾ ਸੁਹਿਰਦ ਹੋਣਾ ਸ਼ੁਰੂ ਹੋਏ ਨੇ, ਪਰ ਇਸ ਮੁਹਿੰਮ ਨੂੰ ਲਗਾਤਾਰ ਇੱਦਾਂ ਹੀ ਜਿਹੜਾ ਆ ਉਹ ਕੰਟੀਨਿਊ ਰੱਖਣਾ ਹੀ ਪਊਗਾ। ਅਤੇ ਬਲਤੇਜ ਪੰਨੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਬਹੁਤ ਬਹੁਤ। ਅਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਆ, ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।